ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪਹੁੰਚੇ ਹਾਂ ਸ਼੍ਰੀ ਹਰਗੋਬਿੰਦਪੁਰ, ਜ਼ਿਲ੍ਹਾ ਗੁਰਦਾਸਪੁਰ, ਸਾਗਰ ਚੌਂਕ ਦੇ ਵਿੱਚ, ਜੋ ਕਿ ਇੱਕ ਵੀਰ ਸਾਨੂੰ ਬੜੀ ਮਾੜੀ ਹਾਲਤ ਦੇ ਵਿੱਚ ਮਿਲਿਆ ਆ, ਜਿਸ ਦੀ ਉਮਰ 15-16 ਸਾਲ ਦੇ ਕਰੀਬ ਹੈਗੀ ਆ। ਤੁਸੀਂ ਦੇਖ ਸਕਦੇ ਹਾਂ ਥੋੜ੍ਹੀ ਉਮਰ ਦਾ ਬੱਚਾ ਆ, ਪਰ ਬਹੁਤ ਹੀ ਹਾਲਤ ਗੰਭੀਰ ਆ ਇਸ ਬੱਚੇ ਦੀ, ਜੋ ਕਿ ਇੱਥੇ ਵੀਰ ਲੰਗਰ ਲਾਗੇ ਲੱਗਾ ਹੋਇਆ ਆ। ਇੱਥੇ ਜੋ ਚੌਂਕ ਦੇ ਵਿੱਚ ਜਿਹੜੇ ਵੀਰਾਂ ਨੇ ਸਾਨੂੰ ਦੱਸਿਆ ਆ, ਵੀਰ ਇੱਥੇ ਲੰਗਰ ਦੇ ਜੋ ਪ੍ਰਬੰਧਕ ਆ, ਉਹਨੇ ਦੱਸਿਆ ਵੀ ਇਹ ਇੱਕ ਹਫ਼ਤੇ ਤੋਂ ਇੱਥੇ ਆਇਆ ਹੋਇਆ ਆ, ਪਰ ਕੁਛ ਵੀ ਬੋਲ ਕੇ ਨਹੀਂ ਦੱਸਦਾ, ਸਿਰਫ ਰੋਈ ਜਾਂਦਾ ਆ। ਅਤੇ ਬਹੁਤ ਹੀ ਹਾਲਤ ਇਸ ਬੱਚੇ ਦੀ ਗੰਭੀਰ ਆ, ਅਤੇ ਤੁਸੀਂ ਆ ਕੇ ਲਾਗੇ ਦੇਖ ਸਕਦੇ ਹਾਂ, ਜੇ ਕੋਈ ਵੀ ਵੀਰ ਇਸਦੀ ਪਛਾਣ ਹੋ ਸਕੇ ਤਾਂ ਜ਼ਰੂਰ ਵੀਰੋ ਸ਼ੇਅਰ ਕਰੋ ਵੀਡੀਓ। ਜੇ ਇਸਦਾ ਕੋਈ ਪਹਿਚਾਣ ਵਾਲਾ ਮਿਲੇ ਤਾਂ ਸਾਡੇ ਬਾਬਾ ਦੀਪ ਸਿੰਘ ਸੇਵਾ ਦਲ ਜੋ ਵੈਲਫੇਅਰ ਸੁਸਾਇਟੀ ਗੜ੍ਹਦੀ ਵਾਲਾ, ਤੱਕ ਜ਼ਰੂਰ ਪਹੁੰਚ ਕਰੋ, ਤਾਂ ਜੀ ਇਸ ਬੱਚੇ ਦੀ ਪਤਾ ਲੱਗ ਸਕੇ ਕਿੱਥੋਂ ਆਏ ਬੱਚਾ। ਬੱਚਾ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਆ, ਸਿਰਫ ਰੋਈ ਜਾਂਦਾ ਆ, ਹਾਲਤ ਵੀ ਤੁਸੀਂ ਦੇਖ ਸਕਦੇ ਆ ਬੜੀ ਗੰਭੀਰ। ਨਹੀਂ ਨਹੀਂ ਪੁੱਤ, ਮਾਰਨਾ ਨਹੀਂ ਪੁੱਤ, ਚੱਲ ਤੈਨੂੰ ਕਿਹਨੇ ਮਾਰਨਾ। ਮਤਲਬ ਜਿੱਦਾਂ ਇਹ ਮੰਦ ਬੁੱਧੀ ਹੁੰਦੇ ਆ, ਪਤਾ ਨਹੀਂ ਕਿੱਥੋਂ ਕਿਹੜੇ ਹਾਲਾਤਾਂ ਤੋਂ ਇਹ ਇੱਦਾਂ ਬੱਚੇ ਆ ਜਾਂਦੇ ਆ। ਕੋਈ ਇਹ ਨਹੀਂ ਵੀ ਸ਼ੁਰੂ ਤੋਂ ਕੋਈ ਮਾੜੇ ਹਾਲਾਤਾਂ 'ਚ ਤਾਂ ਨਹੀਂ ਹੁੰਦਾ, ਇਹ ਹਾਲਾਤ ਹੀ ਕੋਈ ਮਾੜੇ ਇੱਦਾਂ ਦੇ ਆ ਜਾਂਦੇ ਜਿਹੜੇ ਉਹ ਸਰੀਰਕ ਪੱਖੋਂ ਇੱਦਾਂ ਮਾੜੇ ਹਾਲਾਤ ਬਣ ਜਾਂਦੇ ਆ। ਅਤੇ ਇਹ ਬੱਚਾ ਇੰਨਾ ਡਰਿਆ ਹੋਇਆ ਆ, ਜਦੋਂ ਇਹ ਹੱਥ ਅਸੀਂ ਲਾਉਂਦੇ ਸੀ ਰੋਈ ਜਾਂਦਾ ਆ ਵੀ ਮੈਨੂੰ ਮਾਰਿਓ ਨਾ। ਪਤਾ ਨਹੀਂ ਵੀਰੋ ਇਹਦੇ ਨਾਲ ਕੀ ਦਰਦਨਾਕ ਘਟਨਾ ਹੋਈ ਹੋਊਗੀ, ਅਤੇ ਜ਼ਰੂਰ ਇਹਨੂੰ ਸ਼ੇਅਰ ਕਰੋ ਤਾਂ ਅੱਗੇ ਬੱਚੇ ਤੱਕ ਪਹੁੰਚ ਹੋ ਸਕੇ, ਪਛਾਣ ਸਕੇ ਸਾਡੇ ਨਾਲ। ਸ੍ਰੀ ਹਰਗੋਬਿੰਦਪੁਰ ਇਸ ਵੀਰ ਨੂੰ ਸਾਗਰ ਚੌਂਕ ਤੋਂ ਅਸੀਂ ਲੈ ਕੇ ਜਾ ਰਹੇ ਹਾਂ। ਧੰਨਵਾਦ ਆ ਸਾਰੇ ਉਹਨਾਂ ਵੀਰਾਂ ਦਾ ਜਿਹੜੇ ਵੀਰ ਸਾਨੂੰ ਇੱਥੇ ਸਾਨੂੰ ਇਤਲਾਹ ਦਿੱਤੀ, ਅਸੀਂ ਇੱਥੇ ਪਹੁੰਚੇ ਹਾਂ ਇਸ ਵੀਰ ਨੂੰ ਲੈਣ। ਅਤੇ ਅੱਗੇ ਵੀ ਵੀਰੋ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ, ਜਿਸ ਦੇ ਲਾਗੇ ਕੋਈ ਪੰਜਾਬ ਦੇ ਵਿੱਚ ਕਿਤੇ ਵੀ ਜਗ੍ਹਾ 'ਤੇ ਹੋਵੇ ਸਾਨੂੰ ਜ਼ਰੂਰ ਯਾਦ ਕਰੋ। ਸਾਨੂੰ ਫੋਨ ਨੰਬਰ ਪੇਜ ਦੇ ਉੱਪਰ ਹੈਗੇ ਆ, 94-172-60-895, ਅਸੀਂ ਉੱਥੇ ਜ਼ਰੂਰ ਪਹੁੰਚਿਆ ਕਰਾਂਗੇ, ਕਿਉਂਕਿ ਇੱਦਾਂ ਦੇ ਵੀਰਾਂ ਨੂੰ ਦੇਖ ਕੇ ਇਗਨੋਰ ਨਾ ਕਰੋ, ਉਹਨਾਂ ਨੂੰ ਇੱਕ ਤੁਹਾਡੇ ਫੋਨ 'ਤੇ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਠੀਕ ਆ ਵੀਰੋ, ਦੇਖ ਕੇ ਇਗਨੋਰ ਨਾ ਕਰੋ, ਉਹਦੀ ਇਹਨਾਂ ਨੂੰ ਸਾਂਭ ਸੰਭਾਲਣ ਦੀ ਲੋੜ ਆ। ਇਹੀ ਵੀਰ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਪੂਰੀ ਮੁੜ ਕੇ ਅਸੀਂ ਦੇਵਾਂਗੇ ਪੇਜ 'ਤੇ ਅਪਡੇਟ ਦੇਵਾਂਗੇ, ਇਹੀ ਵੀਰ ਨਹੀਂ ਪਛਾਣ ਹੋਊਗਾ, ਕਿਉਂਕਿ ਇਹਨਾਂ ਨੂੰ ਸਾਂਭ ਸੰਭਾਲਣ ਦੀ ਲੋੜ ਆ। ਆਹ ਦੇਖੋ ਪੈਰ ਕਿੱਦਾਂ ਬਣੇ ਹੋਏ ਆ, ਬਹੁਤ ਹੀ ਮਾੜੀ ਹਾਲਤ ਆ ਵੀਰ ਦੀ। ਅਤੇ ਸਿਰਫ ਇਹ ਨਹੀਂ ਚਾਹੁੰਦੇ ਵੀ ਆਹ ਦੇਖੋ ਤੁਸੀਂ ਹੱਥ ਪੈਰ ਸਾਰੇ ਬਹੁਤ ਹੀ ਮਾੜੇ ਹਾਲਾਤ ਬਣੇ ਹੋਏ ਆ, ਅਤੇ ਵੀਕਨੈਸ ਵੀ ਬਹੁਤ ਆ ਵੀਰ ਨੂੰ, ਜਿੱਦਾਂ ਲੱਗ ਰਿਹਾ ਵੀ ਜਿੱਦਾਂ ਰੋਟੀ ਪਾਣੀ ਨਹੀਂ ਪਚ ਰਿਹਾ। ਧੰਨਵਾਦ ਆ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।